ਕੋਟ ਦੇ ਇੱਕ ਪਰਿਵਾਰ ਨੂੰ ਜਾਗੋ ਵਿੱਚ ਜਾਣਾ ਪਿਆ ਮਹਿੰਗਾ। ਚੋਰਾਂ ਨੇ ਮਕਾਨ ਦੇ ਤਾਲੇ ਤੋੜ ਕੇ ਚੁਰਾਈ ਨਗਦੀ ਸੋਨੇ ਦੇ ਗਹਿਣੇ ਅਤੇ ਨਵੀਂ ਸਕੂਟੀ। ਰਾਏਕੋਟ ਦੇ ਗੁਰਦੁਆਰਾ ਟਾਲੀਆਣਾ ਸਾਹਿਬ ਦੀ ਕਾਰ ਪਾਰਕਿੰਗ ਦੇ ਨਜ਼ਦੀਕ ਸਥਿਤ ਇੱਕ ਮਕਾਨ ਵਿੱਚ ਸ਼ਾਮ 7 ਤੋਂ 8 ਵਜੇ ਦੇ ਵਿਚਕਾਰ ਕੁਝ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਾਏਕੋਟ ਸਿਟੀ ਪੁਲਿਸ ਨੂੰ ਵੰਗਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕੁਝ ਚੋਰ ਮਕਾਨ ਦੇ ਤਾਲੇ ਤੋੜ ਕੇ ਨਕਦੀ ਅਤੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਇੱਕ ਨਵੀਂ ਸਕੂਟਰੀ ਵੀ ਲੈ ਕੇ ਫਰਾਰ ਹੋ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਮਕਾਨ ਮਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਬੀਤੀ ਕੱਲ੍ਹ ਸ਼ਾਮ ਨੂੰ ਉਸ ਦਾ ਪਰਿਵਾਰ ਮਕਾਨ ਨੂੰ ਤਾਲੇ ਲਗਾ ਕੇ ਇੱਕ ਰਿਸ਼ਤੇਦਾਰੀ ਵਿੱਚ ਵਿਆਹ ਦੀ ਜਾਗੋ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਅਜੇ ਉਹ ਲੁਧਿਆਣਾ ਰੋਡ 'ਤੇ ਆਪਣੀ ਦੁਕਾਨ ਵਿੱਚ ਬੈਠਾ ਸੀ, ਪਰ ਜਦੋਂ ਰਾਤ 8:30 ਵਜੇ ਦੇ ਕਰੀਬ ਉਹ ਆਪਣੇ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਘਰ ਦਾ ਮੇਨ ਗੇਟ ਖੁੱਲ੍ਹਾ ਹੈ ਅਤੇ ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰਿਆਂ ਵਿੱਚ ਸਮਾਨ ਚਾਰੇ ਪਾਸੇ ਖਿਲਰਿਆ ਹੋਇਆ ਸੀ। ਜਦੋਂ ਉਸਨੇ ਰੌਲਾ ਪਾ ਕੇ ਆਲੇ ਦੁਆਲੇ ਦੇ ਗੁਆਂਢੀਆਂ ਨੂੰ ਇਕੱਠਾ ਕੀਤਾ ਤਾਂ ਦੇਖਿਆ ਕਿ ਘਰ ਵਿੱਚ ਚੋਰੀ ਹੋ ਚੁੱਕੀ ਸੀ। ਉਸਨੇ ਦੱਸਿਆ ਕਿ ਚੋਰਾਂ ਨੇ 50-60 ਹਜ਼ਾਰ ਰੁਪਏ ਦੀ ਨਕਦੀ, 2-3 ਤੋਲੇ ਸੋਨੇ ਦੇ ਗਹਿਣੇ ਆਦਿ ਕੀਮਤੀ ਸਮਾਨ ਚੋਰੀ ਕੀਤਾ ਅਤੇ ਚੋਰ ਜਾਂਦੇ ਹੋਏ ਉਹਨਾਂ ਦੀ ਨਵੀਂ ਇੱਕ ਸਕੂਟਰੀ ਵੀ ਚੋਰੀ ਕਰਕੇ ਲੈ ਗਏ। ਇਸ ਚੋਰੀ ਨਾਲ ਇੱਕ ਮਿਹਨਤਕਸ਼ ਪਰਿਵਾਰ ਉੱਪਰ ਭਾਰੀ ਆਰਥਿਕ ਸੱਟ ਵੱਜੀ ਹੈ, ਜਦਕਿ ਪੁਲਿਸ ਪ੍ਰਸ਼ਾਸਨ ਸੱਪ ਨਿਕਲਣ ਤੋਂ ਬਾਅਦ ਲਕੀਰ ਪਿੱਟਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ। ਪੀੜਿਤ ਪਰਿਵਾਰ ਨੇ ਇਸ ਸੰਬੰਧ ਵਿੱਚ ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ 'ਤੇ ਕਾਰਵਾਈ ਕਰਦਿਆਂ ਸਿਟੀ ਪੁਲਿਸ ਨੇ ਕਾਰਵਾਈ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜੇ ਨਿਊਜ਼ ਪੰਜਾਬੀ ਲਈ ਰਾਏਕੋਟ ਤੋਂ ਦਲਵਿੰਦਰ ਸਿੰਘ ਰਸ਼ੀਨ ਦੀ ਰਿਪੋਰਟ। ਹਾਂਜੀ, ਕੀ ਨਾਮ ਆ ਤੁਹਾਡਾ ਜੀ? ਜਗਤਾਰ ਸਿੰਘ ਜੀ। ਹਾਂਜੀ, ਕੀ ਗੱਲ ਹੋਈ ਹੈ? ਅਸੀਂ ਜੀ, ਸਾਡੇ ਵਿਆਹ ਦਾ ਪ੍ਰੋਗਰਾਮ ਸੀਗਾ, ਰਾਤ ਨੂੰ ਜਾਗੋ 'ਤੇ ਅਸੀਂ ਚਲੇ ਗਏ ਅਤੇ 8-8:30 ਵਜੇ ਜਦੋਂ ਮੈਂ ਵਾਪਸ ਆਇਆ ਤਾਂ ਸਾਡੇ ਘਰ ਵਿੱਚ ਚੋਰੀ ਹੋ ਚੁੱਕੀ ਸੀਗੀ ਅਤੇ 7 ਤੋਂ 8 ਵਜੇ ਦੇ ਵਿਚਾਲੇ ਚੋਰ ਸਾਡਾ ਕੀਮਤੀ ਸਮਾਨ ਲਵਾਰੀਆਂ ਲਵੋਰੀਆਂ ਦੇ ਵਿੱਚੋਂ ਸੋਨਾ ਨਗਦੀ ਲੈ ਗਏ, ਬਾਹਰ ਐਕਟਿਵਾ ਨਵੀਂ ਲਈ ਵੀ ਸੀਗੀ ਉਹ ਵੀ ਲੈ ਕੇ ਫਰਾਰ ਹੋ ਗਏ ਜੀ। ਕੋਈ ਪਤਾ ਲੱਗਦਾ ਵੀ ਕਿੱਧਰੋਂ ਆਏ ਸੀ ਚੋਰ? ਇਹ ਸਾਡੇ ਮਗਰਲੇ ਗੇਟ ਦਾ ਜੰਦਾ ਭੰਨ ਕੇ ਜੀ ਉਧਰੋਂ ਆਏ ਸੀਗੇ ਜੀ। ਇਸ ਸੰਬੰਧੀ ਤੁਸੀਂ ਥਾਣਾ ਸਿਟੀ ਨੂੰ ਰਿਪੋਰਟ ਕੀਤੀ? ਹਾਂਜੀ, ਅਸੀਂ ਥਾਣਾ ਸਿਟੀ ਰਿਪੋਰਟ ਕੀਤੀ ਜੀ। ਥਾਣੇਦਾਰ ਸਾਹਿਬ ਅਤੇ ਹੋਰ ਮੁਲਾਜ਼ਮ ਆ ਗਏ ਸੀਗੇ, ਉਹਨਾਂ ਨੇ ਸਾਰੀ ਕਾਰਵਾਈ ਕਰਕੇ ਆਪਦੀ ਕੀਤੀ ਹੈ ਜੀ ਕਾਰਵਾਈ। ਤੁਸੀਂ ਕੀ ਮੰਗ ਕਰਦੇ ਹੋ ਜੀ? ਅਸੀਂ ਮੰਗ ਕਰਦੇ ਹਾਂ ਜੀ, ਸਾਨੂੰ ਜੋ ਸਾਡਾ ਸਮਾਨ ਚੋਰੀ ਹੋਇਆ ਅਤੇ ਚੋਰ ਫੜੇ ਜਾਣ, ਜਿਹੜੇ ਕੈਮਰੇ ਲੱਗੇ ਆ ਉਹ ਦੇਖ ਕੇ ਉਹਨਾਂ 'ਚ ਤਫਦੀਸ਼ ਕੀਤੀ ਜਾਵੇ। ਲਗਭਗ ਕਿੰਨੀ ਕੁ ਚੋਰੀ ਹੋਈ ਆ? ਸਾਡੀ ਜੀ ਇੱਕ ਐਕਟਿਵਾ ਸੀਗੀ, 50-60 ਹਜ਼ਾਰ ਰੁਪਇਆ ਨਗਦੀ ਸੀਗਾ ਅਤੇ 2-3 ਤੋਲੇ ਸੋਨੇ ਦੇ ਸੀਗੇ ਜੀ।